स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड नवां किला फरीदकोट जिले का यह पिंड ते फरीदकोट तो मसा 5-4 किलोमीटर साइड ते हटवा पिंड है। सड़क दोस्तों फरीदकोट चो कमियाने वेचदी नवें किले नूं ते उस तों बाद अगे सुखण वाले नूं लंघ जांदी है। जिहड़े घर चो वीडियो बना रहे हैं दोस्तों भाई वपार का काम करदा ते इस कोल गावां भी विक्री वालियां आउंदियां ते मझां भी आ जांदियां। अज दो नग बकाऊ है जिहदे च सामने जिहड़ी कट्टी हुण बैठी है दोस्तों इस मझ दी है ते इहने कट्टी नूं जन्म दित्ता है। सूई बिल्कुल ताजी है, कट्टी निकन रोई है। ये तो बिना एक इधर मझ है दोस्तों ते इहदा बच्चा सामने मेल काफ है। सूई भी बिल्कुल ताजी सूई है, दोने नग दोने मझां बिल्कुल ताजियां सूईयां हुईयां, दुध चंगे वालियां बई दसदा। बाकी आपां डिटेल च गलबात करांगे, तुसीं वीडियो नूं एंड तक देखियो। ਤੁਹਾਨੂੰ ਜਿਹੜਾ ਪਸ਼ੂ ਇਹਨਾਂ 'ਚੋਂ ਜਚੂਗਾ ਉਹਦੀ ਤਸੱਲੀ ਤੁਸੀਂ ਕਰਨੀ ਆ ਕੇ ਆਓ। ਪਹਿਲਾਂ ਇਸ ਮੱਝ ਬਾਰੇ ਜਾਣਕਾਰੀ ਲਈਏ ਅਤੇ ਉਦੋਂ ਬਾਅਦ 'ਚ ਦੂਜੀ ਮੱਝ ਤੁਹਾਨੂੰ ਦਿਖਾਵਾਂਗੇ। ਇਨਫੋਰਮੇਸ਼ਨ ਸਾਰੀ ਮੈਂ ਲੈ ਦੇਣੀ ਹੈ, ਡਿਟੇਲ ਬਾਈ ਦੱਸੂਗਾ ਅਤੇ ਤੁਸੀਂ ਉਹਦੇ ਹਿਸਾਬ 'ਤੇ ਤਸੱਲੀ ਕਰਕੇ ਆਪਦੀ ਸਮਝ ਨਾਲ ਪਸ਼ੂ ਖਰੀਦ ਲਿਓ। ਡਿਪਟੀ ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਡਿਪਟੀ ਅੱਜ ਦੋ ਮੱਝਾਂ ਆਪਣੇ ਕੋਲ, ਹਾਂਜੀ। ਪਹਿਲੇ ਨੰਬਰ 'ਤੇ ਜਿਹੜੀ ਮੱਝ, ਕਿੰਨਵਾਂ ਸੂਆ ਸੂਈ? ਇਹ ਤੀਜਾ ਸੂਆ ਜੀ। ਤੀਜਾ ਸੂਆ ਕਦੋਂ ਕਰੀ ਸੂਈ? ਇਹ ਰਾਤ ਹੀ ਸੂਈ ਜੀ, ਕੱਲ ਸ਼ਾਮ ਨੂੰ 7 ਵਜੇ ਸੂਈ। ਠੀਕ ਹੈ। ਬੱਚਾ ਇਹਨੇ ਕੱਟੀ ਦਿੱਤੀ? ਇਹਦੇ ਮਗਰ ਕੱਟੀ ਹੈ ਜੀ। ਕੀ ਡਿਮਾਂਡ ਰੱਖਦੇ ਹੋ? ਇਹਦਾ 1,40 ਜੀ। 1,40,000? ਹਾਂਜੀ, ਖੋਲੀ ਬਾਈ। ਸੋ ਦੋਸਤੋ ਡਿਮਾਂਡ 1,40,000 ਹੈ। ਇੱਕ ਚੀਜ਼ ਧਿਆਨ 'ਚ ਲਿਆ ਦੇਣਾ ਦੱਸੋ, ਇਹ ਫਿਰੋਜ਼ਪੁਰ ਅਤੇ ਫਰੀਦਕੋਟ ਦੇ ਬਾਰਡਰ ਜੇ ਤੋਂ ਆਈ ਹੈ, ਗ੍ਰੇਡਡ ਮੱਝ ਹੈ। ਬੱਚੇ ਨੀਲੀ ਰਾਵੀ ਨਸਲ ਦੇ ਵਧੀਆ ਦੇਊਗੀ ਜੇ ਕੋਈ ਵੀਰ ਇਹਤੇ ਸੀਮਨ ਨੀਲੀ ਰਾਵੀ ਲਵਾਉਂਦਾ ਤਾਂ। ਜਿਹੜਾ ਦਾ ਢਾਂਚਾ ਮੈਂ ਦੇਖ ਰਿਹਾ ਮੈਂ ਉਹਦੇ ਹਿਸਾਬ 'ਤੇ ਗੱਲ ਕਰਦਾ, ਬਾਕੀ ਤੁਸੀਂ ਆਪਦੀ ਸਮਝ ਵਰਤਣੀ ਹੈ। ਹੱਡਾਂ ਪੈਰਾਂ ਦੀ ਉਹੀ ਨੀਲੀ ਵਾਂਗੂ ਦੱਸੋ ਭਾਰੀ ਹੈ। ਹਵਾਨਾ ਅੱਗੇ ਨੂੰ ਵੀ ਚੰਗਾ ਦਿਸਦਾ ਅਤੇ ਪਿਛਾਂਹ ਨੂੰ ਵੀ ਹਵਾਨਾ ਸੋਹਣਾ। ਹਜੇ ਕੱਲ੍ਹ ਸ਼ਾਮ ਨੂੰ 7 ਵਜੇ ਸੂਈ ਹੈ। ਥੋੜ੍ਹੀ ਥੋੜ੍ਹੀ ਭਲੂਣ ਤੁਹਾਨੂੰ ਥਣਾਂ ਦੇ ਉੱਤੇ ਮਹਿਸੂਸ ਹੁੰਦੀ ਹੋਣੀ ਹੈ। ਢਾਂਚਾ ਇਹਦਾ ਚੰਗਾ ਅਤੇ ਦੁੱਧ ਚੰਗੇ ਵਾਲੀ ਬਾਈ ਦੱਸਦਾ। ਬਾਕੀ ਦੁੱਧ ਵਾਲਾ ਕੁਐਸਚਨ ਇਸ ਕਰਕੇ ਨਹੀਂ ਕਰੀਦਾ ਵੀ ਦੁੱਧ ਸੇਵਾ ਦਾ ਹੁੰਦਾ, ਕਿਉਂਕਿ ਇਹ ਮਸ਼ੀਨਾਂ ਨਹੀਂ ਹੈ, ਇਹ ਸਾਹ ਵਾਲੀ ਚੀਜ਼ ਹੈ। ਜਿੱਦਾਂ ਦੀ ਸੰਭਾਲ ਲਉਂਗੇ ਉੱਦਾਂ ਦਾ ਹੀ ਰਿਜ਼ਲਟ ਮਿਲਣਾ ਹੁੰਦਾ। ਇਹ ਕੱਟੀ ਇਹਦੇ ਨਾਲ ਡਿਪਟੀ ਦੀ ਕੱਟੀ ਠਾਈ ਬਾਈ, ਤੁਹਾਨੂੰ ਕੱਟੀ ਦਿਖਾਊਂਗਾ ਦੱਸੋ। ਕਾਫ਼ੀ ਨਰੋਈ ਕੱਟੀ ਨੂੰ ਇਹਨੇ ਜਨਮ ਦਿੱਤਾ, ਉਹਨਾਂ ਚਿਰ ਤੁਸੀਂ ਇਸ ਮੱਝ ਦਾ ਹਵਾਨਾ ਸਾਈਡ ਤੋਂ ਫੇਰ ਦੇਖ ਲਓ। ਇਸ ਸਾਈਡ ਤੋਂ ਵੀ ਇਹਦਾ ਤੁਸੀਂ ਹਵਾਨਾ ਦੇਖ ਸਕਦੇ ਹੋ, ਇੱਦਾਂ ਦਾ ਰੋਕੇ ਦੇ ਹਵਾਨੇ ਦਾ ਸਾਈਡ ਨੂੰ ਜਾਂਦੀ ਹੈ, ਫਿਰ ਹਵਾਨਾ ਤੁਸੀਂ ਦੇਖੋ। ਡਿਪਟੀ ਹੱਕ ਦੇ ਬਾਈ ਮੱਝ ਨੂੰ, ਸੋਹਣੇ ਥਾਣਾ ਦੱਸੋ ਅਤੇ ਸੋਹਣਾ ਹਵਾਨਾ। 1,40 ਡਿਮਾਂਡ ਹੈ ਅਤੇ ਇਹ ਇਹਦੇ ਨਾਲ ਕੱਟੀ ਕੱਟੀ ਮੁਰਾ ਨਸਲ ਦਾ ਸੀ ਮੰਡੇ 'ਤੇ ਲੱਗਾ ਸੀ, ਜਿਹਦੇ ਕਰਕੇ ਨਰੋਈ ਮੱਝ ਵਾਂਗੂ ਹੀ ਹੈ। ਖੁਰਲੀ ਤੋਂ ਹੁਣੇ ਕਿੰਨੀ ਉੱਚੀ ਉਹਦਾ ਅੰਦਾਜ਼ਾ ਲਾ ਲਓ ਜੇ, ਅਤੇ ਇਹ ਇਸ ਮੱਝ ਦਾ ਇਹ ਬੱਚਾ ਪਹਿਲੇ ਨੰਬਰ 'ਤੇ ਮੱਝ। ਇਹ ਤੋਂ ਬਿਨਾਂ ਇੱਕ ਹੋਰ ਮੱਝ ਹੈ ਦੱਸੋ, ਇਹਨੂੰ ਤੁਸੀਂ ਗ੍ਰੇਡਡ ਹੀ ਇਹਨੂੰ ਕਹਿ ਲਉਂਗੇ। ਬਾਕੀ ਰੰਗ ਛਾਹ ਕਾਲਾ, ਪਿਛਲੇ ਪੈਰ ਦੋਨੇ ਵਾਈਟ ਹੈ, ਅੱਖਾਂ ਦੋਨਾਂ ਦੇ ਵਿੱਚ ਨੀਲਾਪਣ ਹੈਗਾ, ਪਰ ਪੂਰੀਆਂ ਜਿਹੜੀਆਂ ਮਣਕੀ ਅੱਖਾਂ ਹੁੰਦੀਆਂ ਉਦਾਂ ਦੀ ਅੱਖ ਨਹੀਂ ਹੈ ਬਾਈ। ਇਹ ਕਿੰਨਵਾਂ ਸੂਆ ਸੂਈ? ਇਹ ਵੀ ਤੀਜਾ ਹੀ ਹੈ। ਇਹਨੂੰ ਕਿੰਨਾ ਚਿਰ ਹੋਇਆ? ਇਹ ਉਹ 7 ਵਜੇ ਸੂਈ ਹੈ ਜੀ, ਇਹ ਰਾਤ ਨੂੰ 11 ਵਜੇ ਸੂਈ, 11-12 ਵਜੇ ਰਾਤ, 11-12 ਵਜੇ। ਹਾਂਜੀ, ਠੀਕ ਹੈ। ਅੱਛਾ, ਇਹਦੀ ਡਿਮਾਂਡ ਕੀ ਰੱਖਦੇ? ਇਹਦਾ 1,30 ਖੋਲੀ। ਸੋ ਦੱਸੋ ਇਹਦਾ ਰੇਟ 1,30,000 ਹੈ, ਰਾਤ ਹੀ ਇਹ ਸੂਈ ਹੈ। ਸੋ ਇਹਨੇ ਕੱਟੇ ਨੂੰ ਜਨਮ ਦਿੱਤਾ ਹੈ, ਇਹਦਾ ਰੇਟ 1,30,000। 2,70,000 ਜੋੜੇ ਦੀ ਡਿਮਾਂਡ ਬਣਦੀ ਹੈ। ਜੇ ਜੋੜਾ ਹੀ ਖਰੀਦਣਾ ਚਾਹੁੰਦੇ ਹਾਂ, ਇਕੱਲੀ ਇਕੱਲੀ ਲੈਣੀ ਹੈ ਤਾਂ ਉਹਦੇ ਹਿਸਾਬ 'ਤੇ ਗੱਲਬਾਤ ਕਰ ਲਿਓ। ਰੇਟ ਹਾਲਾਂਕਿ ਦੱਸਦਾ ਤੁਹਾਨੂੰ ਜਿੱਦਾਂ ਦਾ ਬਾਈ ਨੇ ਰੱਖਿਆ, ਤਾਜ਼ੀ ਸੂਈ ਹੈ ਤਾਂ ਬੱਚੇ ਦੀ ਖਿੱਚ ਪਸ਼ੂ ਕਰਦਾ। ਹਵਾਨਾ ਇਹਦਾ ਕਾਫ਼ੀ ਤਕੜਾ, ਥਣ ਸੋਹਣੇ ਆ ਦੱਸੋ। ਤਾਂ ਤੁਸੀਂ ਹਵਾਨਾ ਇਹਦਾ ਦੇਖ ਸਕਦੇ ਹੋ, ਧੁੱਪ 'ਚ ਜਾਊਗੀ ਉਦੋਂ ਵੀ ਹਵਾਨਾ ਤੁਹਾਨੂੰ ਦਿਸ ਜੂਗਾ, ਚੰਗਾ ਹਵਾਨਾ ਦਿਸਦਾ। ਥਣਾਂ 'ਚ ਵਿੱਥੀ ਬਹੁਤ ਸੋਹਣੀ ਹੈ, ਸਿੰਘ ਕੁੰਡਿਆਂ ਦੀ ਹੈ ਦੱਸੋ। ਅੱਖ ਬਾਰੇ ਮੈਂ ਪਹਿਲਾਂ ਹੀ ਦੱਸਤਾ ਸੀ। ਸੋ ਹਵਾਨੇ ਦਾ ਰੁੱਖ ਤੁਸੀਂ ਦੇਖ ਸਕਦੇ ਹੋ, ਇੱਦਾਂ ਦਾ ਹਵਾਨੇ ਦਾ ਰੁੱਖ ਹੈ। ਇਹਦਾ ਰੇਟ 1,30,000 ਅਤੇ ਦੂਜੀ ਦਾ ਰੇਟ 1,40,000 ਹੈ। ਅਤੇ ਇਹ ਜੋੜਾ ਅੱਜ ਦੀ ਵੀਡੀਓ ਦੇ ਵਿੱਚ ਵਿਕਰੀ ਵਾਲੀਆਂ ਮੱਝਾਂ। ਗਾਵਾਂ ਜਿਹੜੀਆਂ ਮੈਂ ਪਹਿਲਾਂ ਦੱਸਿਆ ਥੋੜ੍ਹੀਆਂ ਵੱਧ ਆਉਂਦੀਆਂ ਬਾਈ ਕੋਲ, ਪਰ ਮੱਝ ਵੀ ਕਦੇ ਕਦੇ ਆਉਂਦੀ ਹੈ। ਸੋ ਅੱਜ ਦੀ ਵੀਡੀਓ 'ਚ ਇਹ ਦੋ ਮੱਝਾਂ ਹੀ ਵਿਕਾਊ। ਧੰਨਵਾਦ ਦੱਸੋ ਵੀਡੀਓ ਦੇਖਣ ਵਾਸਤੇ, ਬਹੁਤ ਮਿਹਰਬਾਨੀ।